ਬਿਸਮਿਲਲਾ ਬਿਸਮਿਲਲਾ ਹਜ਼ਰਤ ਸਾਹਿਬ ਅਸੀਂ ਨਸ ਵੈਨਿਆ ਮੱਝੀ ਪਿੱਛੇ ਸਾਡੇ ਵਾਸਤੇ ਦੁਆ ਕਰਿਆ ਅੱਲਾ ਸਾਨੂੰ ਮਾਫ ਕਰੇ ਆਵਾਜ਼ ਮਰੇ ਨੇ ਇਹ ਤਾਂ ਸ਼ੋਦਾ ਲੁੜਿਆ ਪੈਂਦਾ ਓਏ ਹੋਏ 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 ਗੁੱਡ ਮਾਰਨਿੰਗ ਜੀ ਸੁਬਾਹ ਬਖੈਰ ਮੇਰੇ ਪਿੰਡ ਦੇ ਨਜ਼ਾਰੇ ਮੇਰੀ ਕੰਡ ਦੇ ਪਿੱਛੇ ਨੇ ਸਾਰੇ ਅਸਲਾਮ ਵਾਲੇਕੁਮ ਦੋਸਤੋ ਇੱਕ ਨਈ ਵੀਡੀਓ ਮੈਂ ਮੁਹੰਮਦ ਜ਼ਫਰ ਆਪਕੀ ਖਿਦਮਤ ਮੈਂ ਹਾਜ਼ਰ ਉਮੀਦ ਕਰਤਾ ਹੂੰ ਮੇਰੇ ਦੇਖਣੇ ਵਾਲੇ ਜਹਾਂ ਵੀ ਹੋਂਗੇ ਖੈਰ ਓਫੀਅਤ ਸੇ ਹੋਂਗੇ ਔਰ ਅੱਲਾ ਪਾਕ ਸੇ ਦੁਆ ਹੈ ਮੇਰੇ ਤਮਾਮ ਦੋਸਤੋ ਕੋ ਆਪਣੀ ਹਿਫਜ਼ ਓ ਅਮਾਨ ਮੇਂ ਰੱਖੇ ਤੋ ਜਨਾਬ ਸੁਬਹ ਸੁਬਹ ਸੂਰਜ ਕਰਬਲਾ ਬਣਾ ਕਰ ਖੜਾ ਹੈ ਤੋ ਆਜ ਵੀ ਹੈ ਕਰਬਲਾ ਕਾ ਦਿਨ ਆਜ ਸ਼ਹਾਦਤ ਇਮਾਮ ਹੁਸੈਨ ਕਾ ਦਿਨ ਹੈ ਉਹਨੇ ਹਮਾਰੇ ਲੀਏ ਦੀਨ ਕੇ ਲੀਏ ਕੁਰਬਾਨੀਆਂ ਦੀਆਂ ਤੋ ਹਮਾਰਾ ਵੀ ਫਰਜ਼ ਬਣਤਾ ਹੈ ਕਿ ਉਨਕੇ ਦਿਨ ਕੋ ਉਨਕੀ ਯਾਦ ਕੋ ਤਾਜ਼ਾ ਕਰੇ ਔਰ ਲੋਗੋ ਤੱਕ ਇਹ ਮੈਸੇਜ ਪਹੁੰਚੇ ਕਿ ਹਮਾਰਾ ਦੀਨ ਔਰ ਅਮਨ ਦੀਨ ਥਾ ਹਮਾਰੇ ਗਾਓ ਮੇਂ ਜਲੂਸ ਵੀ ਨਿਕਲਤਾ ਹੈ ਔਰ ਹਮਾਰੀ ਮਸਜਿਦ ਮੇਂ ਇਮਾਮ ਮਸਜਿਦ ਸਾਥ ਤਕਰੀਰ ਵੀ ਕਰਤੀ ਹੈ ਤੋ ਸਾਰੀ ਜਨਾਬ ਮਸਰਫੀਅਤ ਆਪਕੇ ਸਾਥ ਸ਼ੇਅਰ ਕਰੂੰਗਾ ਅਭੀ ਫਿਲਹਾਲ ਮੈਂ ਜਾਣੇ ਲਗਾ ਹੂੰ ਕਬਰਿਸਤਾਨ ਅੱਬਾ ਜੀ ਕੀ ਹਾਜ਼ਰੀ ਦੇਣ ਕੇ ਲੀਏ ਜ਼ਰੂਰੀ ਨਹੀਂ ਕਿ ਆਪ 10 ਮੁਹਰਮ ਵਾਲੇ ਦਿਨ ਜਾਏ ਕੋਸ਼ਿਸ਼ ਕੀਆ ਕਰੇ ਹਫਤੇ ਕੇ ਬਾਅਦ ਕਬਰਿਸਤਾਨ ਕਾ ਚੱਕਰ ਲਗਾਤਾ ਰਹਾ ਕਰੇ ਅਗਰ ਹਫਤੇ ਕੇ ਬਾਅਦ ਨਾ ਪਹੁੰਚ ਸਕੇ ਤੋ ਮਹੀਨੇ ਕੇ ਬਾਅਦ ਜ਼ਰੂਰ ਚੱਕਰ ਲਗਾਏ ਤੋ ਫਿਲਹਾਲ ਹਮ ਜਾ ਰਹੇ ਹਾਂ ਜਨਾਬ ਵਹਾਂ ਪੇ ਰਕਸ਼ਾ ਸਾਡਾ ਬਾਹਰ ਨਿਕਲ ਗਿਆ ਨੇ ਅਤੇ ਹੁਣ ਇੱਕ ਵਾਰੀ ਸਾਨੂੰ ਕਬਰਿਸਤਾਨ 'ਚ ਹੋਵਣ ਦਿਓ ਗਰਮੀ ਜਨਾਬ ਬਹੁਤ ਜ਼ਿਆਦਾ ਹਮਾਰਾ ਇਰਾਦਾ ਬਣਾ ਹੈ ਰਿਕਸ਼ੇ ਪਰ ਜਾਣੇ ਕਾ ਅਕਮਲ ਬਿਰਾ ਰਕਸ਼ਾ ਗੱਡੀ ਬੈਠਾ ਨੇ ਮੇਰੇ ਯਾਰ ਚੱਲ ਯਾਰ ਇਰਾਦੇ ਬਦਲ ਤੇ ਦੇਰ ਨਹੀਂ ਲੱਗਦੀ ਜਨਾਬ ਮੇਰਾ ਇਰਾਦਾ ਗਿਆ ਹੈ ਰਹਿ ਭਾਈ ਸਰਫਰਾਜ਼ ਸਾਹਿਬ ਆ ਰਹੇ ਉਹਨਾਂ ਨੇ ਕਿਹਾ ਸਾਡੇ ਨਾਲ ਚੱਲੋ ਅਤੇ ਆ ਰਹੇ ਬਿਸਮਿਲਲਾ ਬਿਸਮਿਲਲਾ ਕੇ ਨਾਤੇ ਜਨਾਬ ਯਹਾਂ ਕਾ ਇਮਾਮ ਬਾਰਗਾਹ ਔਰ ਯਹਾਂ ਸੇ ਜਲੂਸ ਗੁਜ਼ਰ ਕਰ ਜਾਤਾ ਅਸੀਂ ਐਂ ਕਰ ਰਹੇ ਹਾਂ ਫਿਲਹਾਲ ਕਬਰਿਸਤਾਨ ਵਾਲੀ ਸਾਈਡ ਤੇ ਜਨਾਬ ਅਬ ਹਮ ਜਾ ਰਹੇ ਹੈ ਸਰਫਰਾਜ਼ ਸਾਹਿਬ ਕੇ ਪਾਸ ਔਰ ਵੋ ਆ ਗਏ ਥੇ ਕਬਰਿਸਤਾਨ ਸੇ ਪਹਿਲੇ ਮੈਂ ਰਹਿ ਗਿਆ ਥਾ ਪੀਛੇ ਕਬਰਿਸਤਾਨ ਮੈਂ ਇੱਕ ਤੋਂ ਮੈਂ ਵੀਡੀਓ ਵੀ ਨਹੀਂ ਬਣਾ ਸਕਾ ਇਸ ਵਜ੍ਹਾ ਸੇ ਵਹਾਂ ਪਰ ਜ਼ਨਾਨੀਆਂ ਜਿਹੜੀਆਂ ਉਹਨਾਂ ਜ਼ੋਰ ਕਰਕੇ ਹੋਇਆ ਅੱਗੇ ਪਿੱਛੇ ਉਹਨਾਂ ਨੂੰ ਟਾਈਮ ਬਿਲਕੁਲ ਨਹੀਂ ਲੱਗਦਾ ਨਹੀਂ ਸਾਲ ਬਾਅਦ ਸਾਰਿਆਂ ਇਕੱਠੇ ਮਿਲਣ ਹੁੰਦਾ ਤੋ ਕਬਰਿਸਤਾਨ ਕਾ ਅਕਸਰ ਕਹਿਤਾ ਰਹਿਤਾ ਹੂੰ ਜਨਾਬ ਚੱਕਰ ਲਗਾਇਆ ਕਰੇ ਇਹ ਹਮਾਰੀ ਆਖਰੀ ਆਰਾਮਗਾਹ ਹੈ ਤੋ ਅਕਸਰ ਮੈਂ ਵਹਾਂ ਪੇ ਕਬਰੇ ਐਸੀ ਐਸੀ ਦੇਖੀਆਂ ਯਕੀਨ ਕਰੇ ਵਹਾਂ ਪੇ ਸਾਲ ਕੇ ਇਲਾਵਾ ਲੋਕ ਚੱਕਰ ਹੀ ਨਹੀਂ ਲਗਾਤੇ ਫਿਰ ਜਾਤੇ ਵੀ ਹੈ ਤੋ ਇੱਕਦਮ ਔਰਤੋਂ ਕੋ ਲੈ ਕਰ ਚਲੇ ਜਾਤੇ ਹੈ ਵਹਾਂ ਪੇ ਮੇਰੇ ਖਿਆਲ ਮੇਂ ਜਬ ਰਸ਼ ਵਗੈਰਾ ਹੋ ਔਰਤੋਂ ਕੋ ਕਬਰਿਸਤਾਨ ਨਹੀਂ ਜਾਣਾ ਚਾਹੀਏ ਅਗਰ ਜਾਏ ਤੋ ਜਬ ਰਸ਼ ਵਗੈਰਾ ਨਾ ਹੋ ਤਬ ਜਾਏ ਤੋ ਇਸ ਵਕਤ ਜਨਾਬ ਉਹ ਟਾਈਮ ਤਕਰੀਬਨ ਉਹ 1:30 ਵੱਜ ਚੁੱਕਾ ਹੈ ਅੱਗੇ ਕੀ ਮਸਰਫੀਅਤ ਬਹੁਤ ਜ਼ਿਆਦਾ ਹੈ ਦਿਖਾਊਂਗਾ ਪਹਿਲੇ ਮੈਨੂੰ ਇਸ ਬੰਦੇ ਦਾ ਮੂੰਹ ਵੇਖਣ ਦਿਓ ਟੋਪੇ 'ਚ ਓਏ ਮੇਰੇ ਅੱਲਾ ਕਰਬਲਾ ਬਣੀ ਪਈ ਨੇ ਹੈ ਦੂ ਵੇਖੋ ਬੰਦੇ ਦਾ ਹਾਲ ਦੂਏ ਦਾ ਵੇਖੋ ਹਾਲ ਅਤੇ ਮੇਰਾ ਇਹ ਤੁਹਾਡੇ ਸਾਹਮਣੇ ਹਾਲ ਅਜਾ ਸਾਨੂੰ ਨਾ ਛੇੜੋ ਬਹੁ ਗਰਮੀ ਨੇ ਜੜ ਜਾਲ ਕੇ ਬਾਹਰ ਨਿਕਲਦੇ ਹਾਂ ਬਿਸਮਿਲਾ ਬਿਸਮਿਲਾ ਆਉਂਦੇ ਪਏ ਅਸੀਂ ਤੁਹਾਡੇ ਪਿੱਛੇ ਮਾਸ਼ਾਅੱਲਾ 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 ਜਲਦੀ ਕਰੀਏ ਧੁੱਪ ਬੜੀ ਵੇਖੋ ਤੁਹਾਡਾ ਤਾਂ ਰੰਗ ਕਾਲਾ ਹੁੰਦਾ ਪਿਆ ਤੋ ਜਨਾਬ ਅਭੀ ਹਮ ਜਾ ਰਹੇ ਹੈ ਮਸਜਿਦ ਮੇਂ ਆਜ ਕੇ ਦਿਨ ਹਮਾਰੀ ਜੋ ਮਸਜਿਦ ਹੈ ਨਾ ਵਹਾਂ ਪੇ ਤਕਰੀਰ ਵਗੈਰਾ ਹੋਤੀ ਹੈ ਕੁਰਾਨ ਖਾਨੀ ਹੋਤੀ ਹੈ ਔਰ ਵਹਾਂ ਪੇ ਹਮ ਟਾਈਮ ਨਹੀਂ ਦੇ ਸਕੇਂਗੇ ਪਤਾ ਕਿਉਂ ਇਸ ਵਜ੍ਹਾ ਸੇ ਕਿ ਜਨਾਬ ਸਰਫਰਾਜ਼ ਸਾਹਿਬ ਜੋ ਹੈ ਨਾ ਇਨਕਾ ਮੁਲਾਜ਼ਮ ਹੈ ਤਸ਼ੀ ਹੈ ਔਰ ਉਹ ਚਲਾ ਗਿਆ ਹੈ ਛੁੱਟੀ ਅਤੇ ਹੁਣ ਅਸਾਂ ਛੋੜੀਆਂ ਹੋਈਆਂ ਨੇ ਮੱਝੀ ਉਹ ਵੀ ਬੰਦਾ ਪਿੱਛੇ ਖਿਲਾਰ ਕੇ ਆਇਆ ਬਾਈ ਜਾਨ ਅਤੇ ਉਸ ਜਾਣਾ ਮੈਂ ਮੱਝੀ ਦੇਰ ਬਸ ਨਮਾਜ਼ ਪੜ੍ਹ ਸੀਏ ਅਤੇ ਬਾਅਦ ਮਸਜਿਦ ਕੋ ਅਲਵਿਦਾ ਮਸਜਿਦ ਪਹਿਲੇ ਆਪਕੋ ਦਿਖਾਤੇ ਹੈ ਮੌਲਵੀ ਸਾਹਿਬ ਮਾਸ਼ਾਅੱਲਾ ਦੁਆ ਕਰ ਰਹੇ ਹੈ ਸਾਥ ਜਨਾਬ ਚਾਵਲ ਵੀ ਪਿਓ ਡੈਨ ਅਤੇ ਦੁਆ ਸ਼ਵਾ ਕਰਕੇ ਅਤੇ ਮਸੀਤ 'ਤੇ ਆ ਵੰਜੋ ਅੱਗਾ ਇੱਥੇ ਆਈ ਨਾ ਬੈਠੇ ਰਹੋ ਚਾਚਾ ਸਲਾਮ ਅੱਗੇ ਆਉਂਦਾ ਫਿਰ ਹੋਰ ਚਾਚਾ ਕੀ ਹਾਲ
अच्छा जनाब, अक्सर मैं मस्जिद में आता हूँ ना, वो दूसरी साइड पे दूसरी साइड से आता हूँ। आज मैं और तरफ से जा रहा हूँ मस्जिद की तरफ। सामने माशाल्लाह मस्जिद आ भी गई ने, ये मीनार आप देखें। हूँ अगे बेहते हैं, भाजी थोड़ी आँधी वीडियो तुम कल ना पै करो, तुम वेख्या करो सा चैनल का विजिट दे कर चलो हूँ आवे असं हूँ वेख लिया हूँ पूरा मूँह थोड़ा बेच पा छोड़े। माशाल्लाह जी नमाज हम ले ली है अदा कर और हूँ असं पवेंदे मस्जिद के पिछे अंदर लुकाई हुई ने आए जनाब बिस्मिल्ला सर असी सबील के पिछे तो तुम साढ़े पिछे असी वो तो डुडेंदे वादे हाँ आ जाओ। ये सिकंदर भाई हैं, ये थोड़ी ना इनकी ऐसी डंड में ना टांग जो है ना थोड़ी ख़राब हो गई थी, उनके लिए दुआ करें बिलखसूस अल्लाह इनको शफा दे। कैसे है सिकंदर भाई? ओ जी खाली बाजार हो जट ना ली आ रही तो सन पै गई ने जनाब भूमी बारी हाय हाय हाय। तो अभी हम जा रहे हैं भाई जा के साथ ऐसो करिए, मैं मस्जिद में जनाब बैठ जाता, अकेले बंदे का वो काम नहीं है। तो माशाल्लाह इनकी भैंसें काफ़ी ज़्यादा हैं, तो अकेला बंदा उनको डाक भी नहीं सकता, तो ये बात मैंने भी नाल नत्थी रख देने। अच्छा ये होकर जनाब अपने घर से आते हैं, बात निकल दिया आयो मेरा भरा गर्मी साड़ी जान घाट छोड़ी ने अल्लाह तुम जान दें पान के दसीए। तो जुलूस है इधर से आ रहा है छोटा सा, आया 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 सोटा ने मेरा बिरावो साडा ते हाइदे तो कोई तबीर भी लगी है माशाल्लाह। ये जगह आप जरा आप देख रहे हैं यहाँ पर जमीर जंजीर जनी होती है, आया कुओं जरा बंद रहे असि हूँ अं निकल रहे क्योंकि अजय जनाब जलूस नहीं निकलिया। चलो जी उस्ताद जी देखो आ गया तो आ गया मेरा बच्चा अंदर बहना दे। हाँ जी क्या हाल है? ठीक हो? चलो जी जलूस निकलिया मैं है और जलूस निकलिया रहा इतने बैठे हो। बिस्मिल्ला बिस्मिल्ला हजरत साहब असि नसे बहने मजी पिछे साडे वास्ते दुआ करे अल्लाह सान माफ करे। बिस्मिल्ला जान दो गड्डी जान दो ध्यान नाल उत्ते अल्लाह दे बंदे के मेरे नाल कोई दुश्मनी आई आ। सिला वाली नु राह वेंदा निकड़ के तैथू दिल मेरा भों घबरा वेंदा जुड़िया तो कोई नहीं। अच्छा जनाब हम पहुँच गए हैं अपने रोड के ऊपर इस साइड पे सरफराज साहब की जिदे मेरा सोटा पे वेंदा भैंस वधियां वधिया रोटी दियो शोधे गरीब नु उसका कोई गुनाह है। सड़क सुनसान लेकिन जट बेचारा वेला कोई ने जट दियाँ मज्जिया इधर वधियां ने नार ते ना दियाँ भैंसों को गर्मी बहुत ज़्यादा लगती है। ओए ओए मैं इतने छोड़ के उधर लग गया यार चंगा नू रह गया तू मैं अग्गे बाजार हाँ। सरफराज साहब मैं तुम ये दसो भाई अजय तुम साड़ी संगत ने ना खुश तुम होंगे भी ने भाई है इस गर्मी दे विच कुड़ा दा केड़ा बंदा है जेड़ा बेलियां पिछे धूप ते सड़े ना वंजे भट्टी साहब होर जी के हाल है? ओए नाते बिस्मिल्ला पढ़ो नाते हो ना आरते ना लेना है ना ओ विच भी बड़ी होईयां ने दसो जी। अच्छा भैंसे जो होती है ना जनाब ये पानी का जानवर होता है तो पानी के बगैर ये नहीं रह सकता जनाब। पानी जहाँ पे ये देखें जी मैं नशा ही नहीं वहदा नशे ते इंज पैदा ने पानी चाई भी आई वरिया है ना। ये देखे जनाब भैंसे सरफराज साहब की बैठी हैं मज़े के साथ पानी में। हेलो एवरीबॉडी कैसी हो संत मार गत्या ने ना हूँ सुना सलीमा है यार साजिद उत्ते चढ़ बंजे बंदा भाजपा हुसैन हाँ ओए हो ये देखे ये नहर ते आ ने मुर्शिद
ਮੱਝੀ ਵਾਲਾ ਕੰਮ ਬਹੁ ਔਖਾ। ਇਹ ਕੱਟਾ ਛੋਟਾ ਇਹਨੂੰ ਵੇਚਵਾ ਲਿਆ ਕਿਉਂ ਨੇ? ਹੈਂ ਉਰਾ ਉਰਾ ਸ਼ੋਦਾ ਡੁੱਬਦਾ ਵਧਾਈ ਵਿੱਚ ਵੜਵਾਂ ਯਾਰ। ਨਹੀਂ ਹੁਣ ਆਉਂਦਾ ਪਿੱਕੇ ਉਰਾ ਆਉਂਦਾ ਤੈਨੂੰ ਪਛਾਣ ਲਿਆ। ਹੈਂ ਜਾਨਵਰੋਂ ਸੇ ਪਿਆਰ ਕੀਆ ਕਰੇ ਜਨਾਬ, ਤਬੀ ਆਪਕੋ ਜਾਨਵਰ ਵੀ ਪਿਆਰ ਕਰਨਗੇ, ਨਹੀਂ ਤਾਂ ਟੱਕਰਾਂ ਘੱਟ ਘੱਟ ਕੇ ਮਰੇਂਦੇ ਨੇ। ਇਦੂ ਵੇਖ ਪਈਆਂ ਹੋਈਆਂ, ਓਏ ਉਹ ਕੋਈ ਆਪਣੇ ਬਾਲ ਨੂੰ ਬਚਾਇਓ ਕਰਮਾਲੀਓ, ਵਹਿੰਦਾ ਪਈ ਯਾਰ ਮਲਕੋ ਵੇਖ ਨਾ। ਇਹ ਦੇਖੇ ਨਾ ਇਹ ਛੋਟਾ ਕੱਟਾ ਗਿਆ ਹੈ ਵਿੱਚ ਮੈਂ ਫਸ ਗਿਆ। ਆ ਜਾ ਆ ਜਾ ਆ ਜਾ ਆ ਜਾ ਗੁਲਦਾਨ, ਉਹ ਮਲਕ ਉਹ ਵਿੱਚ ਆ ਨਿਕਲਣ ਦਾ ਰਾਹ ਕੋਈ ਨਹੀਂ ਪਹਿਲਾਂ ਬਤਾ। ਹੈਂ ਉਹਨਾਂ ਦੱਸੋ ਬਾਤ ਦੱਸ ਯਾਰ, ਹੈ ਨਾ ਆਵਾਜ਼ ਮਰੇ ਨੇ ਇਹ ਤਾਂ ਸ਼ੋਦਾ ਲੁੜਿਆ ਪੈਂਦਾ। ਓਏ ਹੋਏ ਹੋ 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 ਓਏ ਆ ਕੇ ਮੋ ਦੱਸ ਉਹ ਪਰ ਨਿਕਲਿਆ ਬੰਦ ਹੀ ਹੁਣ। ਯਾ ਅੱਲਾ ਖੈਰ ਯਾ ਅੱਲਾ ਖੈਰ। ਦੇਖੇ ਨਾ ਜਨਾਬ ਇਹ ਬੋਲ ਵੀ ਰਿਹਾ ਸਾਥ, ਕਿਉਂਕਿ ਮੁਝੇ ਇੱਥੋਂ ਕੱਢੋ ਕਿਦਾਂ ਹੀ। ਇਹ ਦਾਦਾ ਪਿਆ ਸਾਡਾ ਹੈ ਹੀ ਨਹੀਂ। ਹਾਲ ਹਾਲ ਗੱਤੀ ਵਧਾ ਸ਼ੋਦਾ, ਉਹ ਅੱਗਾਂ ਵਹਿੰਦਾ ਪਿਆ ਲੁੜਿਆ, ਉਹਦੇ ਕੋਲ ਨਿਕਲੀਂਦਾ ਨੀ ਬੈਂਸ ਜਨਾਬ ਆਪ ਨਿਕਲਣ ਲੱਗੀਆਂ। ਬਿਸਮਿਲਾ ਬਿਸਮਿਲਾ ਹਸਬੀ ਅੱਲਾ ਹਸਬੀ ਅੱਲਾ। ਉਹ ਲੜਿਆ ਨਹੀਂ ਕਰਮਾਲੀਓ, ਲੜਿਆ ਨਹੀਂ। ਅੱਛਾ ਅਬ ਹਮ ਥੋੜ੍ਹੀ ਦੇਰ ਜਨਾਬ ਯਹਾਂ ਪੇ ਭੈਂਸੋ ਕੋ ਇਧਰ ਘੁਮਾਏ ਫਿਰਾਏਂਗੇ, ਉਸਕੇ ਬਾਅਦ ਬਾਅਦ ਪਤਾ ਕੋਈ ਨਹੀਂ ਭਾਈ, ਜੋ ਕੁਝ ਵੀ ਹੋ ਸੀ ਤੁਹਾਡੇ ਭਲੇ ਵਾਸਤੇ ਹੀ ਹੋ ਸੀ ਅੱਗਾਂ। ਜਨਾਬ ਹਜ਼ਰਤ ਸਾਹਿਬ ਕਹਿ ਰਹੇ ਹਾਂ ਕਿ ਅਬ ਹਮ ਜਾ ਰਹੇ ਹੈ ਵਾਪਸ ਭੈਂਸੋ ਕੋ ਲੈ ਕਰ, ਤੋ ਵੀਡੀਓ ਕਾ ਵੀ ਹਮ ਕਰਨਾ ਚਾਹਤੇ ਹੈ ਇਥਾਂ ਹੀ ਅਖਤਤਾਮ। ਤੋ ਆਜ ਕੀ ਵੀਡੀਓ ਕਾ ਕਿਆ ਮਕਸਦ ਥਾ? ਮਕਸਦ ਤੁਸੀਂ ਦੱਸਣਾ ਕੋਈ ਨਹੀਂ, ਤੁਸੀਂ ਦੱਸੋ ਅੱਜ। ਮੈਂ ਤਾਂ ਪਤਾ ਨਹੀਂ ਪਿੱਛੇ ਤੂੰ ਕੇ ਬਣਾਇਆ। ਮੈਂ ਤਾਂ ਕੁਝ ਨਹੀਂ, ਅੱਜ ਦਿਹਾੜਾ ਕਿਹੜਾ ਨੇ? ਦਿਹਾੜਾ ਤਾਂ ਵੀ ਮਰਨ ਦਾ, ਲੇਕਿਨ ਇਹ ਵੇਖ ਤੂੰ ਪਿੱਛੇ ਉਹ ਕਲਿੱਪ ਕੇ ਦੇ ਲੈ, ਮਨ ਕੇ ਪਤਾ। ਮੈਂ ਕਿਸੇ ਦੇ ਵੀ ਨਹੀਂ ਲੈ, ਮੈਂ ਮਸਜਿਦ ਦੇ ਲੈ ਹੈ। ਤੂੰ ਦੱਸ, ਮੈਂ ਤਾਂ ਤੇਰੇ ਨਾਲ ਹੁਣ ਰਹਿੰਦੇ। ਚਲੋ ਜੀ ਸ਼ੁਕਰ ਹੈ ਤੁਸੀਂ ਰਲ ਗਏ ਹੋ, ਤੁਸੀਂ ਤਾਂ ਰਲਾਉਣਾ ਵੀ ਤੁਹਾਨੂੰ ਬੜਾ ਧੱਕੇ ਨਾਲ ਪਾਉਂਦਾ ਹੈ। ਤੁਸੀਂ ਹੁਣ ਜਨਾਬ ਹਾਂ। ਅੱਛਾ ਜਨਾਬ, ਆਜ ਕਾ ਦਿਨ ਬੜਾ ਅਹਿਮ ਥਾ ਸਭ ਕੇ ਲਈ। ਹਮਾਰੇ ਗਾਓਂ ਮੇਂ ਅੱਲਾ ਕਾ ਸ਼ੁਕਰ ਹੈ ਕੋਈ ਫਿਰਕਾ ਵਾਰੀਅਤ ਜੋ ਹੋਤੀ ਹੈ ਇਸਕਾ ਕੋਈ ਸਿਸਟਮ ਨਹੀਂ ਹੈ। ਹਮਾਰੇ ਇਲਾਕੇ ਮੇਂ ਬੜਾ ਅੱਛਾ ਨਿਜ਼ਾਮ ਹੈ। ਅਹਿਲ ਤਸ਼ੀਹ ਜੋ ਹੈ ਉਹਨੇ ਆਪਣੀ ਮਰਜ਼ੀ ਕੀ ਇਬਾਦਤ ਜੋ ਕਰਨੀ ਹੋਤੀ ਆਜ ਕੇ ਦਿਨ ਜੋ ਕੁਛ ਕਰਨਾ ਹੋਤਾ ਉਹਨੇ ਉਹ ਆਪਣੀ ਮਰਜ਼ੀ ਸੇ ਕਰਨਾ ਹੋਤਾ ਔਰ ਹਮਨੇ ਆਪਣੀ ਮਰਜ਼ੀ ਸੇ ਕਰਨਾ ਹੋਤਾ। ਹਮਾਰਾ ਤਰੀਕਾਕਾਰ ਯੇ ਹੈ, ਹਮਾਰਾ ਤਲਕ ਅਹਿਲ ਸੁਨਤ ਜਮਾਤ ਸੇ ਹੈ ਔਰ ਹਮ ਆਪਣੀ ਮਸਜਿਦ ਮੇਂ ਜਾਤੇ ਹੈ, ਗਾਓਂ ਮੇਂ ਜੋ ਹਮਾਰੀ ਮਸਜਿਦ ਹੈ ਵਹਾਂ ਪੇ ਕੁਰਾਨ ਖਾਨੀ ਹੋਤੀ ਹੈ, ਸਾਥ ਮੇਂ ਜਨਾਬ ਦੁਆਏ ਜੋ ਹੈ ਵੋ ਕੀ ਜਾਤੀ ਹੈ ਵਹਾਂ ਪੇ ਵੀ। ਤੋ ਹਰ ਬੰਦੇ ਕਾ ਆਪਣਾ ਆਪਣਾ ਤਰੀਕਾਕਾਰ ਹੈ ਔਰ ਲੜਾਈ ਵਗੈਰਾ ਵੋ ਫਿਰਕੇ ਵਾਰੀਅਤ ਪੇ ਹਮਾਰੇ ਗਾਓਂ ਮੇਂ ਨਹੀਂ ਹੋਤੇ। ਅਹਿਲ ਤਸ਼ੀਹੋਂ ਕੇ ਸਾਥ ਹਮ ਪਿਆਰ ਮੁਹੱਬਤ ਕੇ ਸਾਥ ਭਾਈਚਾਰੇ ਕੇ ਸਾਥ ਰਹਿਤੇ ਹੈ, ਤੋ ਬੜਾ ਅੱਛਾ ਵਕਤ ਗੁਜ਼ਰ ਰਿਹਾ ਹੈ। ਗਾਓਂ ਕੇ ਲੋਕੋਂ ਕੀ ਬਸ ਐਸੀ ਜ਼ਿੰਦਗੀ ਹੋਤੀ ਹੈ। ਮੋਟਰਸਾਈਕਲ ਮੇਰਾ ਆ ਹੈ, ਮੈਂ ਹੁਣ ਮਹਿੰਦਾ ਪਿਆ ਸਰਫਰਾਜ਼ ਸਾਹਿਬ ਦੇ ਪਿੱਛੇ। ਤੋ ਅੱਜ ਕੀ ਵੀਡੀਓ ਕਾ ਯਹੀਂ ਪਰ ਇਖਤਿਤਾਮ ਕਰਨਾ ਚਾਹਤਾ ਹੂੰ। ਉਮੀਦ ਕਰਤਾ ਹੂੰ ਆਜ ਕੀ ਵੀਡੀਓ ਵੀ ਅੱਛੀ ਲੱਗੀ ਹੋਗੀ, ਅਗਰ ਅੱਛੀ ਲੱਗੇ ਤੋ ਚੈਨਲ ਕੋ ਸਬਸਕ੍ਰਾਈਬ ਕੀਜੀਏਗਾ, ਵੀਡੀਓ ਕੋ ਲਾਈਕ ਕੀਜੀਏਗਾ। ਮਿਲਤੇ ਹੈ ਕਿਸੀ ਨੈਕਸਟ ਵਲੌਗ ਮੇਂ, ਤਬ ਤੱਕ ਕੇ ਲੀਏ ਅੱਲਾ ਹਾਫਿਜ਼।